ਹੈਲੋ ਫਰੈਂਡਸ, ਵੈਲਕਮ ਟੂ ਮਾਈ ਯੂਟਿਊਬ ਚੈਨਲ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਕ੍ਰੈਂਕੇਸ ਕਵਰ ਕਿਵੇਂ ਬਣਾ ਸਕਦੇ ਹਾਂ ਸੋਲਿਡ ਵਰਕ ਦੇ ਵਿੱਚ। ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਇਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਣ ਸਭ ਤੋਂ ਪਹਿਲਾਂ। ਤੇ ਵੀਡੀਓ 2 ਵੀਕਸ ਤੋਂ ਨਹੀਂ ਆ ਸਕੀ, ਇਸ ਲਈ ਮੈਂ ਮਾਫ਼ੀ ਚਾਹੁੰਦਾ ਕਿਉਂਕਿ ਮੈਂ ਪਾਰਟ ਟਾਈਮ ਜੋਬ ਕਰ ਰਿਹਾ ਤੇ ਯੂਟਿਊਬ ਤੇ ਆਨਲਾਈਨ ਹੋਣ ਦਾ ਸਮਾਂ ਨਹੀਂ ਮਿਲਣ ਦਾ। ਤੇ ਅੱਜ ਮੈਂ ਤੁਹਾਡੇ ਲਈ ਟਾਈਮ ਕੱਢ ਕੇ ਅੱਜ ਮੈਂ ਆਨਲਾਈਨ ਹੋਇਆ ਤੇ ਪਲੀਜ਼ ਹੋ ਸਕੇ ਤਾਂ ਮਾਫ਼ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਰੈਗੂਲਰੀ ਮੈਂ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ। ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਤਾਂ ਚਲੋ ਆਪਾਂ ਬਿਨਾਂ ਟਾਈਮ ਵੇਸਟ ਕਰੀਏ ਵੀਡੀਓ ਨੂੰ ਸਟਾਰਟ ਕਰਦੇ ਹਾਂ। ਲੈਟ ਗੈਟ ਸਟਾਰਟਡ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਸੋਲਿਡ ਵਰਕ ਨੂੰ ਓਪਨ ਕਰਨਾ, ਉਸ ਤੋਂ ਬਾਅਦ ਨਿਊ ਵਿੰਡੋ ਓਪਨ ਕਰਨੀ ਹੈ, ਉਸ ਤੋਂ ਬਾਅਦ ਆਪਾਂ ਕ੍ਰੈਂਕੇਸ ਕਵਰ ਬਣਾਉਣਾ ਆ। ਕ੍ਰੈਂਕੇਸ ਕਵਰ ਦੀ ਵੀ ਤੋਂ ਡਾਇਗ੍ਰਾਮ ਹੈਗੀ ਆ, ਠੀਕ ਹੈ ਜੀ। ਦੈਨ ਆਪਾਂ ਕੀ ਕਰਨਾ, ਫਰੰਟ ਪਲੇਨ ਸਿਲੈਕਟ ਕਰਨਾ, ਉਸ ਤੋਂ ਬਾਅਦ ਪੋਲੀਗਨ ਸਿਲੈਕਟ ਕਰ ਲੈਣਾ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਕੀ ਕਰਨਾ, ਉਹ ਕਿਸੇ ਅਟ੍ਰੈਕਸ਼ਨ ਵੀ ਲੈ ਲੈਣਾ। ਇਸ ਤੋਂ ਬਾਅਦ ਇਸ ਦੀ ਡਿਮੈਂਸ਼ਨ ਦੇ ਦੇਣੀ 106। ਹੁਣ ਆਪਾਂ ਇਸ ਨੂੰ ਕੀ ਕਰਨਾ, ਇਸ ਨੂੰ ਵਰਟੀਕਲ ਕਰਨਾ। ਵਰਟੀਕਲ ਕਰਨ ਲਈ ਆਪਾਂ ਨੂੰ ਕੀ ਕਰਨਾ, ਕੰਟਰੋਲ ਦੱਬਣਾ, ਦਿਸ ਪੁਆਇੰਟ ਨੂੰ ਸਿਲੈਕਟ ਕਰਨਾ, ਦਿਸ ਪੁਆਇੰਟ। ਇੱਕ ਮਿੰਟ, ਪਹਿਲਾਂ ਸਮਾਰਟ ਡਿਮੈਂਸ਼ਨ ਬੰਦ ਕਰ ਲੈਣੀ ਹੈ। ਇਸ ਤੋਂ ਬਾਅਦ ਇਹਦੇ ਆਹ ਵਾਲਾ ਪੁਆਇੰਟ ਸਿਲੈਕਟ ਕਰਨਾ, ਕੰਟਰੋਲ ਦੱਬ ਕੇ ਆਹ ਵਾਲਾ ਪੁਆਇੰਟ ਸਿਲੈਕਟ ਕਰਨਾ, ਦੈਨ ਵਰਟੀਕਲ, ਠੀਕ ਹੈ ਜੀ। ਵਰਟੀਕਲ ਹੋ ਚੁੱਕਿਆ ਤੇ ਇਸ ਤੋਂ ਬਾਅਦ ਇਸ ਤੇ ਫਿਲਟ ਲਗਾ ਦੇਣੀ ਹੈ। ਫਿਲਟ ਆਪਾਂ ਦੇਖ ਲੈਣੇ ਕਿੰਨੇ ਕਿੰਨੇ mm ਦੀ ਹੈ। ਰੇਡੀਅਸ 5 mm ਦੀ, ਰੇਡੀਅਸ ਜਿੰਨੀ ਲੱਗਦੀ ਹੈ, 5 mm, 5 mm, 5 mm. ਤੇ ਇਸ ਨੂੰ ਆਪਾਂ ਡਿਮੈਂਸ਼ਨ ਦੇ ਦੇਣੀ ਹੈ 5 mm, ਠੀਕ ਹੈ ਜੀ। ਦੈਨ ਓਕੇ। ਦੈਨ ਹੁਣ ਆਪਾਂ ਕੀ ਕਰਨਾ, ਇਸ ਨੂੰ ਐਕਸਟਰੂਡ ਕਰਨਾ। ਐਕਸਟਰੂਡ ਆਪਾਂ ਕਿੰਨਾ ਕਰਨਾ, ਹਮੇਸ਼ਾ ਹੀ ਜਦੋਂ ਵੀ ਆਪਾਂ ਕੋਈ ਐਕਸਟਰੂਡ ਚੀਜ਼ ਕਰਨੀ ਤਾਂ ਮਿਡ ਪਲੇਨ ਤੋਂ ਹੀ ਕਰਨੀ ਹੈ। ਤੇ ਐਕਸਟਰੂਡ ਆਪਾਂ ਕਰਨੀ ਹੈ ਇਹ 6 10 ਤੇ 6 mm ਐਕਸਟਰੂਡ ਕਰਨੀ ਹੈ, ਠੀਕ ਹੈ ਜੀ, ਮਿਡ ਪਲੇਨ ਤੋਂ ਹਮੇਸ਼ਾ ਹੀ। ਦੈਨ ਹੁਣ ਆਪਾਂ ਜਿਹੜੀ ਕੀ ਕਰਨਾ ਆ, ਇਸ ਤੇ ਇੱਕ ਹੋਰ ਸਰਕਲ ਲਗਾਉਣਾ, ਇਸ ਤੇ ਸਰਕਲ ਲਗਾਉਣਾ ਆ 19 mm ਦਾ, ਸਰਕਲ ਲਗਾ ਕੇ 6 mm ਐਕਸਟਰੂਡ ਕਰ ਦੇਣਾ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਇਸ ਨੂੰ ਐਕਸਟਰੂਡ ਕਰਨਾ 6 mm, 6 mm, ਦੈਨ ਓਕੇ। ਦੈਨ ਆਪਾਂ ਹੁਣ ਕੀ ਕਰਨਾ ਆ, ਇਸ ਤੇ ਆਪਾਂ ਨੂੰ ਫਿਲਟ ਦੀ ਆਪਸ਼ਨ ਦਿੱਤੀ ਹੈ ਫੀਚਰਸ ਦੇ ਵਿੱਚ। ਇਸ ਤੋਂ ਥੱਲ ਨੀਚੇ ਆ ਰਿਹਾ ਚੈਂਫਰ, ਚੈਂਫਰ ਨੂੰ ਸਿਲੈਕਟ ਕੀਤਾ, ਇੱਥੇ ਆਪਾਂ ਲਾ ਦੇਣੀ ਆ 1/45 mm ਦੀ ਚੈਂਫਰ, ਦੈਨ ਓਕੇ। ਦੈਨ ਹੁਣ ਆਪਾਂ ਕੀ ਕਰਨਾ, ਹੁਣ ਆਪਾਂ ਇਸ ਤੇ ਇੱਕ ਹੋਰ ਸਰਕਲ ਲਗਾਉਣਾ, ਸਰਕਲ ਲਗਾਉਣਾ ਆ ਆਹ ਵਾਲਾ ਜਿਹੜਾ ਆ 30 mm ਦਾ, 38 mm ਦਾ ਜਿਹੜਾ, ਠੀਕ ਹੈ ਜੀ। 38 mm, 28, ਪਹਿਲਾਂ ਆਪਾਂ ਲਾਉਣਾ ਆ 38 mm ਦਾ ਸਰਕਲ, ਇਸ ਨੂੰ ਐਕਸਟਰੂਡ ਕੱਟ ਕਰ ਦੇਣਾ ਜਿੰਨਾ ਹੈਗਾ ਹੀ ਆ 6 mm, ਇੱਕ ਮਿੰਟ, ਨਹੀਂ ਪਹਿਲਾਂ ਆਪਾਂ ਕੀ ਕਰਨਾ ਆ 80 mm ਦਾ ਸਰਕਲ ਲਗਾਉਣਾ, ਠੀਕ ਹੈ। ਇਸ ਤੋਂ ਇਸ ਤਰ੍ਹਾਂ ਹੀ 80 mm ਦਾ ਸਰਕਲ ਕਰ ਲੈਣੇ ਆ, ਕਿਉਂਕਿ ਕੱਟ ਲੱਗੂਗਾ ਫਿਰ ਹੀ ਆਪਾਂ ਦੂਆ ਕਰਾਂਗੇ ਨਾ। ਇਸ ਨੂੰ ਹੁਣ ਐਕਸਟਰੂਡ ਕੱਟ ਲਾਓ 6 mm ਦਾ, ਦੈਨ ਓਕੇ। ਦੈਨ ਹੁਣ 38 mm ਦਾ ਜਿਹੜਾ ਆ ਸਰਕਲ ਲੱਗਣਾ, ਠੀਕ ਹੈ ਜੀ। 38 ਫਿਰ 28 mm ਦਾ ਕੱਟ, 38 mm ਦਾ ਜਿਹੜਾ ਆ ਸਰਕਲ ਲਗਾ ਕੇ ਆਪਾਂ
ਤੇ ਆਪਾਂ ਜਿਹੜਾ ਹੁਣ ਲਾਉਣਾ ਆ 28 mm ਦਾ ਜਿਹੜਾ ਕੱਟ, ਠੀਕ ਹੈ ਜੀ। 38 ਤੋਂ ਬਾਅਦ ਆਪਾਂ ਇਸ ਨੂੰ ਐਕਸਟਰੂਡ ਕਰਨਾ 6 mm, ਠੀਕ ਹੈ ਜੀ 6 mm। ਇਸ ਤੋਂ ਬਾਅਦ ਆਪਾਂ ਕੱਟ ਲਗਾਉਣਾ ਆ 28 mm ਦਾ ਸਰਕਲ, ਇੱਕ ਮਿੰਟ ਜੀ, ਸਰਕਲ ਇਸ ਤੇ ਕੀਤਾ ਸਿਲੈਕਟ, ਸਰਕਲ 28 mm ਦਾ, ਸਰਕਲ ਲਗਾਉਣ ਤੋਂ ਬਾਅਦ ਆਪਾਂ ਕੀ ਕਰਨਾ ਐਕਸਟਰੂਡ ਕੱਟ ਕਰ ਲੈਣਾ 6 mm, ਇਸ ਨੂੰ ਐਕਸਟਰੂਡ ਨਹੀਂ 6 mm ਕੱਟ, 6 ਦੇਖਦੇ ਹਾਂ 6 mm ਕੇ ਨਹੀਂ 8 mm ਕੱਟ ਲਗਾ ਦੇਣਾ, ਠੀਕ ਹੈ ਜੀ। ਇਸ ਤੋਂ ਬਾਅਦ 14, ਫਿਰ 14 ਦਾ ਸਰਕਲ, ਸਰਕਲ ਲਗਾਉਣਾ 14 mm ਦਾ। ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਸਮਾਰਟ ਡਿਮੈਂਸ਼ਨ 14 mm, ਦੈਨ ਐਕਸਟਰੂਡ ਕੱਟ, ਠੀਕ ਹੈ ਜੀ, ਦੈਨ ਓਕੇ। ਦੈਨ ਹੁਣ ਆਪਾਂ ਕੀ ਕਰਨਾ ਹੈ, ਇਸ ਤੋਂ ਬਾਅਦ ਹੁਣ ਰਹਿ ਗਈ ਹੈ ਆ ਜਿਹੜੇ ਸਰਕਲ ਹੈ 102, ਠੀਕ ਹੈ ਜੀ। ਸਿੰਪਲੀ ਆਪਾਂ ਕੀ ਕਰਨਾ ਸਕੈਚ ਕਰਨਾ, ਸਕੈਚ ਕਰਨ ਤੋਂ ਬਾਅਦ 102 mm ਦੇ ਸਰਕਲ ਲਗਾ ਦੇਣਾ, 102 mm, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਸ ਨੂੰ ਕੰਟਰੋਲ ਦੱਬ ਕੇ ਕੰਸਟਰਕਸ਼ਨ ਲਾਈਨ ਦੇ ਵਿੱਚ ਕਨਵਰਟ ਕਰ ਲੈਣਾ, ਦੈਨ ਓਕੇ, ਦੈਨ ਸਰਕਲ। ਸਰਕਲਸ ਕਿੰਨੇ ਦੇ ਲਾਉਣੇ ਆ, 7 mm ਦੇ, ਮੇਰੇ ਖਿਆਲ ਨਾਲ 7 mm ਦੇ ਹੀ ਹੈ। 7 mm ਦੇ ਸਰਕਲ ਲਗਾ ਕੇ ਆਪਾਂ ਇਸ ਨੂੰ ਕੀ ਕਰਨਾ 7, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਕੀ ਕਰਨਾ ਆ ਲੀਨੀਅਰ ਪੈਟਰਨ, ਲੀਨੀਅਰ ਪੈਟਰਨ ਦੇ ਵਿੱਚ ਜਾਣਾ। ਇਸ ਤੋਂ ਬਾਅਦ ਨੀਚੇ ਆ ਰਿਹਾ ਸਰਕੂਲਰ ਸਕੈਚ ਪੈਟਰਨ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਕੀ ਕਰਨਾ ਆ 6 ਕਰ ਲੈਣੇ ਆ, ਦੈਨ ਓਕੇ, ਦੈਨ ਆਪਾਂ ਕੀ ਕਰਨਾ ਐਕਸਟਰੂਡਡ ਕੱਟ, ਠੀਕ ਹੈ ਜੀ। ਐਕਸਟਰੂਡ ਕੱਟ ਜਿਸ ਤਰ੍ਹਾਂ ਮਰਜ਼ੀ ਲਗਾ ਸਕਦੇ ਹਾਂ, ਅਪ ਟੂ ਸਰਫੇਸ ਲਗਾ ਕੇ ਕਰਕੇ ਵੀ ਲਗਾ ਸਕਦੇ, ਇਸ ਤਰ੍ਹਾਂ ਵੀ ਲਗਾ ਸਕਦੇ। ਤੇ ਇਸ ਤੋਂ ਬਾਅਦ ਜਿਹੜਾ ਆਪਣਾ ਕਰੇਨ ਕੇਸ ਕਵਰ ਜਿਹੜਾ ਆ ਰੈਡੀ ਹੋ ਚੁੱਕਿਆ ਆ। ਤੇ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਓ। ਵਨ ਮੋਰ ਚੀਜ਼, ਜਦੋਂ ਵੀ ਆਪਾਂ ਕੋਈ ਪਾਰਟ ਬਣਾਉਂਦੇ ਹਾਂ ਉਸਦਾ ਮਟੀਰੀਅਲ ਬਹੁਤ ਜ਼ਰੂਰੀ ਹੁੰਦਾ ਦੇਣਾ, ਤੇ ਆਪਾਂ ਮਟੀਰੀਅਲ ਵੀ ਇਸ ਨੂੰ ਦੇ ਦਿੰਦੇ ਹਾਂ, ਕਿਹੜਾ, ਅਲਮੀਨੀਅਮ, ਅਲਮੀਨੀਅਮ ਦਾ ਜਿਹੜਾ ਇਹ ਮਟੀਰੀਅਲ ਦੇਣਾ, ਐਡਿਡ ਮਟੀਰੀਅਲ। ਦੈਨ ਆਪਾਂ ਕੀ ਕਰਨਾ ਅਲਮੀਨੀਅਮ ਦੇ ਵਿੱਚ ਜਾਣਾ, ਠੀਕ ਹੈ ਜੀ। ਇਸ ਦੇ ਵਿੱਚੋਂ ਆਹ ਚੱਕ ਲੈਣੀ ਅਲੋਏ ਦੀ, ਦੈਨ ਅਪਲਾਈ, ਦੈਨ ਕਲੋਜ਼। ਇਸ ਤੋਂ ਬਾਅਦ ਕੋਈ ਵੀ ਆਪਾਂ ਕਲਰ ਵੀ ਕਰ ਸਕਦੇ, ਇਸ ਤਰ੍ਹਾਂ ਇਹ ਕਰ ਦਿੱਤਾ, ਮੰਨ ਲਓ ਆਪਾਂ ਇਹ ਕਰ ਦਿੱਤਾ, ਠੀਕ ਹੈ ਜੀ। ਤੇ ਜਿਹੜਾ ਆਪਣਾ ਸਕੈਚ ਆ ਰੈਡੀ ਹੋ ਚੁੱਕਿਆ। ਤੇ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ, ਪਲੀਜ਼ ਮੈਂ ਇੱਕ ਵਾਰ ਫਿਰ ਕਹਿ ਰਿਹਾ ਇਸ ਵੀਡੀਓ ਨੂੰ ਲਾਈਕ ਕਰਿਓ, ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਤਾਂ ਕਿ ਇਹ ਸਾਰਿਆਂ ਤੱਕ ਵੀਡੀਓ ਜਿਹੜੀ ਪਹੁੰਚ ਸਕੇ। Thanks for watching my video.